बेशक कैप्टन अमरिंदर सिंह ने नशा खत्म करने की सौं खाधी सी, लेकिन इस तो उल्ट हो रहा है। ਫਿਰੋਜ਼ਪੁਰ नज़दीक बहुत सारे ਪਿੰਡਾਂ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, जिस ਨੂੰ ਆਸਾਨੀ ਨਾਲ ਹਾਸਲ करके पंजाब की जवानी मौत के मूँह ਵਿੱਚ जा रही है। ਰੇੜੀਆਂ ਵਾਂਗ ਵਿਕ ਰਹੇ इस ਚਿੱਟੇ ਨੂੰ ਰੋਕਣਾ ਤਾਂ दूर की गल है, बेचਣ ਵਾਲਿਆਂ ਵੱਲ भी पुलिस मूँह नहीं कर रही। इस मौके ਤੇ ਸਥਾਨਕ ਵਾਸੀਆਂ ने नशा बेचਣ ਵਾਲਿਆਂ ਨੂੰ ਫੜਿਆ है। ਇਹ ਨੌਜਵਾਨ ਇਹ भी ਦੱਸ ਰਹੇ ਹਨ कि ਉਹ ਨਸ਼ਾ ਕਿੱਥੋਂ ਲਿਆਉਂਦੇ ਹਨ, ਕਿੰਨੇ ਦਾ ਲਿਆਉਂਦੇ ਹਨ ਅਤੇ ਕਿਸ ਨੂੰ ਵੇਚਦੇ ਹਨ, लेकिन पुलिस ढुकमी कार्रवाई करने प्रति पूरा भी संजीदा नहीं दिखाई दे रही। पुलिस थाना लखो के बहराम के SHO जसवीर सिंह ने संपर्क किया गया तो उन्होंने कहना है कि फड़े गए नौजवानों तो कुछ भी प्राप्त नहीं होया है। किथों चक्या आपदे घरों केड़े पिंडों ਕੋਟ ਗੰਡਾ ਸਿੰਘ तो तू इनवेटर बैटरा चक के किंदे नू किली वाले नू फड़ा के आया, ओदे वट्टे की लैके आया? चिट्टा की खादा भी है, पीता पीता पींदे हुण खांदे नहीं। पीता किथे पै गए? उत्थे कस्सी दे, कस्सी दे केड़ी कस्सी दे? नहीं कस्सी दे पै के पीता बेचदे भी है, पीने है ना? ਹੁਣ ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਵੇਚਦਾ ਤਾਂ ਜਿਹਦੇ ਕੋਲ ਲਿਆਂਦੇ ਉਹ ਤਾਂ ਵੇਚਦਾ ਹੀ ਆ। ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ? ਕਿਹੜਾ ਬੰਦਾ ਨਾਲ ਤੁਹਾਡੇ? ਇੱਕ ਮਿੰਟ, ਹਾਂਜੀ ਸਾਡੇ ਪਿੰਡ ਦਾ ਗੋਰਾ। ਗੋਰਾ ਇੱਕ ਮਿੰਟ, ਗੋਰੇ ਦਾ ਸਨ ਆਫ ਕੀ ਆ? ਉਹਦੇ ਡੈਡੀ ਦਾ ਨਾਂ ਕੀ ਨਾਂ? ਬੱਗੜ ਦਾ ਮੁੰਡਾ ਗੋਰਾ। ਬੱਗੜ ਦਾ ਮੁੰਡਾ ਹੋਰ ਵੀ ਹੈਗਾ ਕੋਈ ਬੰਦਾ ਸਾਡੇ ਪਿੰਡੋਂ? ਦੱਸੋ ਖੁੱਲ ਕੇ ਦੱਸੋ। ਹੈ ਮਨਦੀਪ ਨੂੰ ਇੱਕ ਦਿਨ ਤੁਸੀਂ ਗੱਡੀ ਚ ਭਾਈ ਫਿਰਦੇ ਗੋਰੇ ਨਾਲ ਆਉਂਦਾ ਨਾ ਤੁਹਾਡੇ? ਚੁੱਪ ਯਾਰ ਇੱਕ ਮਿੰਟ। ਨਹੀਂ ਇਹ ਕਾਰ ਤਾਂ ਸੀ ਮਨਦੀਪ ਅੱਗੇ ਸੀ ਮੋਟਰਸਾਈਕਲ। ਅਸੀਂ ਬਿਆਨ ਲੈਣੇ ਪੁਲਿਸ ਕੋਲ ਵੀ ਜਾ ਕੇ, ਤੈਨੂੰ ਕੋਈ ਪਿੰਡ ਦਾ ਬੰਦਾ ਇਹਨੇ ਫੜੇ ਬੰਦਾ ਕੋਈ ਦਬਾਅ ਪਾਇਆ है? हाँ। उच्च कह रहे हैं सर, उच्च कह रहे हैं मैं। देखो ये हम SHO लखो का कहते ना कार्रवाई करे फिर असी रात बंदे फड़ाए SHO ਨੂੰ, ਜਿਨ੍ਹਾਂ ਤੋਂ ਸਮਾਨ ਦੇਣਾ ਉਹਦੇ ਉਹਨਾਂ ਦੇ ਫੋਨ ਤੋਂ ਤੈਨੂੰ ਫੋਨ ਕੀਤਾ ਹੈ। SHO ਕਹਿੰਦਾ ਸੀਗਾ ਵੀ ਇਹਨਾਂ ਕੋਲ ਮੈਂ ਫੜਿਆ ਕੁਛ ਨਹੀਂ ਤੇ ਮੈਂ ਤਾਂ ਕਾਰਵਾਈ ਕੀ ਕਰਾਂ? ਆਹ ਤੇਰੇ ਕੋਲ ਤਾਂ ਹੈਗਾ ਸਾਰਾ ਕੁਝ। ਨਹੀਂ ਮੈਂ ਇਹ ਤੂੰ ਉਹਨਾਂ ਬੰਦੇ ਨੂੰ ਦੇਣ ਆਉਂਦਾ ਸੀਗਾ। ਮੇਰੀ ਗੱਲ ਸੁਣੋ ਨਾ, ਮੈਂ ਨਹੀਂ ਮੇਰੇ ਕੋਲ ਨਹੀਂ ਉਲਝਾਉਂਦੇ ਕਿ ਮੇਰੇ ਉਹ ਦੂਜਾ ਮੇਰੇ ਉਹ ਪਿੰਡ ਹੋ ਰਹੇਗਾ ਬੰਦਾ ਇੱਕ ਉਹ ਵੇਚਦਾ। ਨਹੀਂ ਹੁਣ ਤਾਂ ਤੂੰ ਉਸੇ ਫੋਨ ਤੋਂ ਹੀ ਤੈਨੂੰ ਫੋਨ ਕੀਤਾ ਹੈ। ਆ ਕਿੰਨਾ ਇਹ 200 ਹੈ? ਆ ਕਿੰਨਾ ਇਹ ਵੀ 200? ਆ ਕਿੰਨਾ ਇਹ 500? ਵੈਰੀ ਗੁੱਡ, ਸ਼ਾਬਾਸ਼। ਹੋਰ ਜਿਹੜੇ ਫੋਨ ਤੋਂ ਅਸੀਂ ਤੈਨੂੰ ਫੋਨ ਕੀਤਾ ਨਾ ਰਾਤ, ਉਹ ਬੰਦੇ ਅਸੀਂ ਫੜਾਏ ਆ ਪੁਲਿਸ ਨੂੰ, ਪਰ ਪੁਲਿਸ ਕਹਿੰਦੀ ਵੀ ਅਸੀਂ ਕਾਰਵਾਈ ਕੀ ਕਰੀਏ, ਇਹਨਾਂ ਕੋਲ ਸਮਾਨ ਨਹੀਂ ਫੜਿਆ। ਉਹਨਾਂ ਕੋਲ ਸਮਾਨ ਲਾਉਣ ਵਾਲਾ ਸੀ, ਉਹਨਾਂ ਲਾ ਲਿਆ ਸੀਗਾ। ਉਹ ਸ਼ਰੇ ਆ ਮੰਨੇ ਆ ਵੀ ਅਸੀਂ ਲਾ ਕੇ ਆਏ ਆ, ਅਸੀਂ 9 ਕਿਲੋ ਲੈ ਕੇ ਆਏ ਆ, ਬੈਟਰਾ ਵੇਚ ਕੇ ਆਏ ਆ ਇਨਵੇਟਰ ਵਾਲਾ। ਹੁਣ ਤੂੰ ਉਸੇ ਫੋਨ ਤੋਂ ਫੋਨ ਲਾਈ ਜਾਂਦਾ, ਅਸੀਂ ਤੈਨੂੰ ਸੱਦ ਕੇ ਫੜ ਲਿਆ। ਠੀਕ ਹੈ, ਤੈਨੂੰ ਕੋਈ ਕੁੱਟਿਆ ਮਾਰਿਆ ਨਹੀਂ ਕਿਸੇ ਨੇ। ਹੁਣ ਤੂੰ ਬੰਦੇ ਦਾ ਸਹੀ ਨਾਂ ਦੱਸ ਦੇਂਗਾ ਮੈਂ ਕਿੱਥੋਂ ਲਿਆਂਦਾ? ਬਸ ਠੀਕ ਹੈ सर। लखो के बहराम की गल करी तो इस एरिए एक वीडियो वायरल हुई है, जिसे एक नौजवान शरेआम चिट्टा ला रहा है, तो एक उस तो पहले दे रात की वीडियो है जिस तुम भी खड़े हो। ये की है सारा मामला? ये मैटर से कंट्रोल रूम तो सानू फोन आया कि कुछ बंद ने नशे बेचने वाले बंदे फड़े। असीं उहदे मौके ते गए सी, मौके ते जाके देखा तो असीं पंचायत वो बंदे लए सी, उन्हां कोलों नशा नहीं सी मिलिया, सिर्फ वो नशे पीण वाला समग्री सी, सिर्फ वो चिट्टे जे सिल्वर दे ਸੀਗੇ। ਤੇ ਉਹ ਅਸੀਂ ਬੰਦਾ ਜਿਹੜਾ ਅਸੀਂ ਲੈਂਦਾ ਸੀਗਾ ਜੀ, ਪਰ ਉਹ ਬੰਦਾ ਕਹਿੰਦਾ ਵੀ ਮੈਂ ਕੋਈ ਚੋਰੀ ਨਹੀਂ ਕਰਦਾ। ਜਿਹੜਾ ਇਨਵਰਟਰ ਦਾ ਉੱਤੇ ਇਨਵਰਟਰ ਉਹ ਨਹੀਂ ਸੀਗਾ, ਸਿਰਫ ਓਨਲੀ ਬੈਟਰੀ ਸੀਗੀ ਤੇ ਬੈਟਰੀ ਵਿੱਚ ਦਾ ਐਲੀਗੇਸ਼ਨ ਸੀਗਾ। ਉਹਦੇ ਮੈਂ ਪੇਰੈਂਟਸ ਨੂੰ ਬੁਲਾਇਆ ਸੀਗਾ, ਉਹ ਕਹਿੰਦੇ ਕਿ ਅਸੀਂ ਨਵੀਂ ਬੈਟਰਾ ਲਿਆ ਸੀਗਾ, ਉਹਦਾ ਜਿਹੜਾ ਸੈਕਿੰਡ ਹੈਂਡ ਸੀਗਾ ਅਸੀਂ ਕੋਈ ਕੁਆੜੀਆ ਉੱਥੋਂ ਦਾ ਉਹਨੂੰ ਇਹ ਮੁੰਡਾ ਤੇ ਉਹਦਾ ਦੋਸਤ ਦੇਣ ਗਏ ਸੀ। ਨਾ ਕਹਿੰਦੇ ਕੋਈ ਚੋਰੀ ਕੀਤੀ, ਨਾ ਕੋਈ ਮਾੜੇ ਕੰਮ ਸੀ ਲੋੜਾ। ਹਾਂ ਨਸ਼ਾ ਕਰਨ ਦੇ ਜ਼ਰੂਰ ਨਸ਼ਾ ਨੂੰ ਸ਼ੌਕ ਕਰ ਦਿੰਦੇ।